پاکستان حضرت مولانا علامہ سرفراز حیدر صاحب نعرہ تکبیر گج کے محبت نہ کہو نعرہ تکبیر مسلک حق اہل حدیث مرکزی جمعیت اہل حدیث عظمت اہل بیت عظمت صحابہ علامہ سرفراز حیدر صاحب الحمدللہ وحدہ والصلاۃ والسلام علی اشرف الانبیاء اجمل الانبیاء اکمل الانبیاء احسن الانبیاء انور الانبیاء اجدر الانبیاء افضل الانبیاء خاتم الانبیاء سید الانبیاء والمرسلین اما بعد فاعوذ باللہ من الشیطان الرجیم بسم اللہ الرحمن الرحیم انما يريد الله ليذهب عنكم الرجس أهل البيت ويطهركم تطهيرا قال رسول اللہ صلی اللہ علیہ وآلہ آلہ وسلم الحسین منی وانا من الحسین آنکھوں کا نور سینے کی ٹھنڈک حسین ہے میرا ایمان و یقین و مذہب و مسلک حسین ہے سینے کی بائیں جانب ایک دل دھڑکتا ہے میرے دوست اس دل کے اندر زندگانی کی دھک دھک حسین ہے اس دل کی زندگانی اس دل میں زندگانی کی دھک دھک حسین ہے بڑی توجہ چاہنا میں عرض کرنا چاہنا قدر اولاد دا ماں پیو جانے کی جانے لوگ کم بابے پرایا قدر اولاد دا ماں پہ جان کی جانے لوگ بیگانا قدر حسین دی اللہ جانے یا جانے حسین دا نانا قدر حسین دی اللہ جانے یا جانے حسین دا نانا حمد و ثنا اور مختصر درود و سلام دے بعد حضرات گرامی میرے تو قبل کافی سارے علماء کرام بیانات خطابات فرما چکے نے اور دن بھر دا اے سلسلہ ساڈے سالانہ پروگرام دا جاری اساری ہے اور افطاری تک وقت قریب آ رہا ہے یہ پروگرام سالانہ سڑا چلتا ہے اللہ تعالیٰ علامہ اسلم زہیر صاحب حافظ اللہ دیا منتاں تواڈے تاون نو اور اس روزے نو اس افطاری نو اس پروگرام نو علماء دے آن نو بیان فرمان نو اور تواڈے گرمی چ بہ کے سنن نو اللہ تعالیٰ قبول و منظور فرمائے اس مجمع دے اندر جتنے بھی اولاد نے جتھوں تک آواز جا رہی ہے حضرت علامہ اسلم زہیر صاحب واسطے سارے جماعتی حق بن دے دعا کر اللہ تعالیٰ انہاں نو جیونا جاگنا بیٹا عطا فرمائے
ਇਹ ਜਿਹੜੀ ਬੱਚੀ ਹੁਣੇ ਹੁਣੇ ਤੁਹਾਡੇ ਸਾਹਮਣੇ ਕਲਾਮ ਪੇਸ਼ ਕਰ ਗਈ ਅੱਲੇ ਨਾ ਭੈਣਾਂ ਨੂੰ ਔਰ ਸਾਰੀਆਂ ਭੈਣਾਂ ਨੂੰ ਅੱਲਾ ਤਾਲਾ ਵੀਰ ਨਸੀਬ ਫਰਮਾਏ ਅੱਲਾ ਅੱਲਾ ਅਤੇ ਮੈਂ ਹੁਣੇ ਨਹੀਂ ਕਹਿੰਦਾ ਕਿਉਂਕਿ ਕਹਿਣ ਦੀ ਲੋੜ ਨਹੀਂ ਹੈ ਅਤੇ ਤੁਹਾਨੂੰ ਪਤਾ ਵੀ ਹੈ ਅਤੇ ਸਾਡੇ ਵੱਲ ਵੇਖ ਰਹੇ ਹੋ ਅਸੀਂ ਤੁਹਾਡੇ ਵੱਲ ਵੇਖ ਰਹੇ ਹਾਂ ਅਤੇ ਇੱਕ ਹੋਰ ਗੱਲ ਜੇ ਇਹ ਬੰਦੇ ਨੇ ਰੋਜ਼ਾ ਰੱਖੇ ਹੋਏ ਨਾ ਅਤੇ ਬੰਦਾ ਬਾਰ ਬਾਰ ਕਹਿੰਦਾ ਰੋਜ਼ਾ ਬੜਾ ਲੱਗੇ ਰੋਜ਼ਾ ਬੜਾ ਲੱਗੇ ਰੋਜ਼ਾ ਬੜਾ ਲੱਗੇ ਅਤੇ ਧਿਆਨ ਉੱਧਰ ਹੀ ਟੁਰ ਜਾਂਦੇ ਅਤੇ ਹੁਣ ਜੇ ਆਪਾਂ ਬਾਰ ਬਾਰ ਕਹੀਏ ਗਰਮੀ 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 ਤਾਂ ਫਿਰ ਹੈ ਜੂ ਸੀ ਇੱਕ ਵਾਰ ਕਹੋ ਤਾਂ ਫਿਰ ਵੀ ਉਹੀ ਗੱਲ ਹੈ ਅਤੇ ਜੇ ਬਾਰ ਬਾਰ ਵੀ ਕਹੋ ਲੇਕਿਨ ਇਤਨੀ ਬਾਤ ਜ਼ਰੂਰ ਹੈ ਤੋ ਜੋ ਭਾਈ ਜਾਨ ਮੇਰੇ ਵੱਲ ਕਿ ਅੱਲਾਹ ਦੇ ਦੀਨ ਵਾਸਤੇ ਜਿੰਨਾ ਬੰਦਾ ਤਕਲੀਫ ਬਰਦਾਸ਼ਤ ਕਰੇ ਨਾ ਅੱਲਾਹ ਤਾਲਾ ਇੰਨਾ ਦਰਜਾ ਔਰ ਅਜਰ ਔਰ ਸਵਾਬ ਅੰਦਰ ਵਾਅਦਾ ਫਰਮਾ ਦਿੰਦੇ ਨੇ ਹਾਂ ਇਹ ਬਲਕਿ ਅਸੀਂ ਆ ਰਹੇ ਸਾਂ ਅਤੇ ਕੋਈ ਡੱਕ ਡੱਕ ਕੇ ਪਾਣੀ ਪਿਵਾਉਣ ਇਹ ਮੇਰੇ ਨਾਲ ਤਲਬ ਇਲਮ ਨੇ ਸਾਡੇ ਇਹ ਕਹਿਣ ਸਾਡਾ ਰੋਦੇ ਪਾਸਿਓ ਜਾਣ ਤੋਂ ਲੇਟ ਹੋ ਰਿਹਾ ਕੋਈ ਰਸਤੇ ਵੀ ਬੰਦ ਹਾਂਜੀ ਦਾਵੀ ਲਾਹੌਰ ਤੁਹਾਨੂੰ ਪਤਾ ਹੈ ਪੂਰੇ ਮੁਲਕ ਪੰਜਾਬ ਮੈਂ ਕਿ ਕੀ ਹੈ ਆਖੇ ਇਹ ਸ਼ਾਨੇ ਹੁਸੈਨ ਹੈ ਮੈਂ ਕਿ ਅੱਛਾ ਬਰਿਆਨੀਆਂ ਅਤੇ ਹਲੀਮ ਅਤੇ ਰੋਖਨੀ ਨਾਨ ਅਤੇ ਜਨਾਬ ਅੰਦਰ ਜੈਲ ਗੁੱਲੇ ਅਤੇ ਤੁਖ ਮਲੰਗੇ ਪਾਏ ਅਤੇ ਸਬੀਲਾਂ ਅਤੇ ਖਾਈ ਜਾਓ ਪੀ ਜਾਓ ਮੌਜ ਉਡਾਈ ਜਾਓ ਸਾਰਾ ਦਿਨ ਰੋੜਾਂ 'ਤੇ ਧੱਕੇ ਖਾਈ ਜਾਓ ਪੈਰੋਂ ਲਾਈ ਜਾਓ ਮਸੀਤੇ ਨਮਾਜ਼ ਇੱਕ ਨਾ ਪੜ੍ਹੋ ਨਾ ਕੁਰਾਨ ਨਾ ਪਰਦਾ ਨਾ ਸ਼ਰੀਅਤ ਨਾ ਗੈਰਤ ਨਾ ਈਮਾਨ ਨਾ ਇਸਲਾਮ ਇਹ ਹੁਸੈਨ ਦੀ ਸ਼ਾਨ ਹੈ ਆਖੇ ਹਾਂ ਹਾਂ ਪਾਣੀ ਪਿਲਾਣਾ ਤਾਂ ਦੇਗਾਂ ਤੇ ਸਾਰੇ ਹੁਸੈਨ ਦੀ ਸ਼ਾਨ ਹੈ ਮੈਂ ਆਖੇ ਅਗਰ ਹੁਸੈਨ ਦੀ ਸ਼ਾਨ ਦਾ ਤੁਹਾਨੂੰ ਪਤਾ ਲੱਗਣਾ ਚਾਹੀਦਾ ਹੈ ਨਾ ਤੇ ਫਿਰ ਮੇਰੇ ਇੱਕ ਤੁਹਾਨੂੰ ਬਰਾਦਰਾਂ ਨਾਲ ਮਸ਼ਵਰੇ ਕਿਹਾ ਜਿੰਨੇ ਪੂਰੇ ਪੰਜਾਬ ਅੰਦਰ ਜਾਂ ਖਾਸ ਕਰ ਤੁਹਾਡੇ ਲਾਹੌਰ 'ਚ ਸਬੀਲਾਂ ਸਬੂਲਾਂ ਲਾ ਕੇ ਤੇ ਸ਼ਾਨੇ ਹੁਸੈਨ ਦੇ ਨਾਰੇ ਮਾਰਦੇ ਫਿਰਦੇ ਨੇ ਨਾ ਮੋਟਰਸਾਈਕਲਾਂ ਦੇ ਸਲੈਂਸਰ ਵੀ ਕੱਢ ਕੇ ਤੇ ਪੱਟੀਆਂ ਬੰਨ ਕੇ ਤੇ ਝੰਡੀਆਂ ਫੜ ਕੇ ਮੇਰੀ ਸਲਾਹ ਮੰਨੋ ਇਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਥਰ ਪਾਰਕ ਦੇ ਇਲਾਕੇ 'ਚ ਲੈ ਜਾਓ ਸਰ ਪਾਰਕ ਦੇ ਇਲਾਕੇ 'ਚ ਲੈ ਜਾਓ ਔਰ ਜਿਹੜੇ ਉੱਥੇ ਜੰਗਲ ਬਿਆਬਾਨ ਸਹਰਾ ਤਪਦੇ ਜੇ ਟੀਲੇ ਤੇ ਚਟਾਨਾਂ ਨੇ ਨਾ ਉੱਥੇ ਛੱਡ ਦਿਓ ਤੇ ਪਾਣੀ ਵੀ ਤਿੰਨ ਦਿਨਾਂ ਦਾ ਬੰਦ ਰੱਖੋ ਤੇ ਕਹੋ ਬਈ ਹੁਣ ਸ਼ਾਨੇ ਹੁਸੈਨ ਪੜੋ ਨੋਹੇ ਪੜੋ ਮਰਸੀਏ ਕਰੋ ਮਾਤਮ ਇਹ ਹੁਣ ਪਤਾ ਲੱਗੇ ਨਾ ਇਮਾਮ ਦਾ ਤੇ ਪਾਣੀ ਬੰਦ ਹੋਇਆ ਆਲੇ ਰਸੂਲ ਤੇ ਪਿਆਸੀ ਸ਼ਹੀਦ ਤੇ ਕੁਰਬਾਨ ਤੇ ਜ਼ੁਲਮਨ ਜ਼ਿਬਾ ਕਰ ਦਿੱਤੀ ਗਈ ਏ ਤੇ ਅਸੀਂ ਤੇ ਖਾਈਏ ਤੇ ਪੀਏ ਤੇ ਮੌਜ ਉਡਾਈ ਤੇ ਸਬੀਲਾ ਨਾਨਾ ਉਹ ਹੁਸੈਨ ਦੇ ਨਾਨੇ ਦੀ ਸ਼ਰੀਅਤ ਔਰ ਹਦੀਸ ਦੀ ਇਹ ਤਾਲੀਮ ਹੈ ਕਿ ਆਕਾ ਨੇ ਰੋਜ਼ੇ ਦਾ ਹੁਕਮ ਇਰਸ਼ਾਦ ਫਰਮਾਇਆ ਉਹ ਗੱਲ ਸਮਝ ਆ ਰਹੀ ਏ ਹਾਂ ਮੈਂ ਇਨਸ਼ਾਅੱਲਾ ਥੋੜਾ ਵਕਤ ਬਿਆਨ ਕਰਾਂਗਾ ਤੁਹਾਨੂੰ ਮਸੀਹ ਦੇ ਇਮਤਿਹਾਨ 'ਚ ਨਹੀਂ ਪਾਉਂਦਾ ਔਰ ਦੂਸਰਾ ਮੈਂ ਅੱਗੇ ਵੀ ਸਫ਼ਰ ਕਰਨਾ ਹੈ ਪ੍ਰੋਗਰਾਮ ਪਹੁੰਚਣਾ ਹੈ ਤੁਸੀਂ ਥੋੜ੍ਹੀ ਜਿਹੀ ਤਵੱਜੋ ਮੇਰੇ ਵਾਲੇ ਪਾਸੇ ਕਰੋ ਅਹਿਲੇ ਬੈਤ ਨੂੰ ਆਪਾਂ ਮੰਨਦੇ ਹਾਂ ਔਰ ਦੂਜੀ ਗੱਲ ਇਹ ਹੈ ਬੰਦੇ ਆਉਂਦੇ ਨੇ ਜੀ ਕੌਣ ਨਹੀਂ ਹੁਸੈਨ ਨੂੰ ਮੰਨਦਾ ਮੈਂ ਆਖਿਆ ਦੱਸੋ ਅੱਖ ਜੀ ਹੁਸੈਨ ਨੂੰ ਤਾਂ ਤੁਹਾਡੇ ਬਾਰਡਰ ਲੱਗ ਗਏ ਨਾ ਆਉਂਦੇ ਨੇ ਹੁਸੈਨ ਨੂੰ ਤਾਂ ਬਾਰਡਰੋਂ ਪਾਰ ਹਿੰਦੂ ਵੀ ਮੰਨਦੇ ਪਏ ਨੇ ਉਹ ਮੌਲਵੀ ਸਾਹਿਬ ਹੈਦਰ ਜੀ ਓਹਲੇ ਦੀਸੋ ਭਾਬੀਓ ਗੱਲ ਸੁਣੋ ਓਏ ਹੁਸੈਨ ਉਹ ਹਸਤੀ ਏ ਕਿ ਜਿਹਨੂੰ ਸਿੱਖ ਵੀ ਮੰਨ ਰਹੇ ਨੇ ਇੱਧਰ ਮੇਰੇ ਵੱਲ ਤਵੱਜੋ ਕਰ ਮੈਂ ਕਿਹਾ ਫਿਰ ਲਿਖ ਕੇ ਦੇ ਵੀ ਸਿੱਖ ਵੀ ਜੰਨਤ ਜਾਏਗਾ ਬਖਸ਼ਿਆ ਜਾਏਗਾ ਫਿਰ ਲਿਖ ਕੇ ਦੇ ਨਾ ਮੈਨੂੰ ਅਗਲੀ ਵੀ ਗੱਲ ਕਿਸੇ ਹੰਨੇ ਬੰਨੇ ਲਾ ਨਾ ਕੋਈ ਫੈਸਲਾ ਨਤੀਜਾ ਅਜੋ ਸਾਰੇ ਦਿਨ ਦਾ ਪ੍ਰੋਗਰਾਮ ਹੋਇਆ ਤੇ ਹਰ ਸਾਲ ਹੁੰਦਾ ਤੇ ਇੰਨਾ ਖਰਚ ਨਹੀਂ ਗਰਮੀ 'ਚ ਬਹਿੰਦੇ ਉਹ ਤੇ ਕੋਈ ਨਤੀਜਾ ਵੀ ਨਿਕਲੇ ਕਿਵੇਂ ਰਾਮ ਕਹਾਣੀ ਕਿੱਸਾ ਕੋਈ ਚੱਲ ਜਾਏ ਤੇ ਗਏ ਤੇ ਜਨਾਬ ਨਾ ਨਾ ਉਹ ਭਾਈ ਜਾਨ ਮੈਂ ਕਿਹਾ ਫਿਰ ਹਿੰਦੂ ਜੰਨਤ ਹੀ ਹੋਇਆ ਫਿਰ ਸਿੱਖ ਜੰਨਤ ਹੀ ਹੋਇਆ ਆਖੇ ਈਸਾਈ ਵੀ ਮੰਨਦੇ ਨੇ ਮੈਂ ਕਿਹਾ ਈਸਾਈ ਵੀ ਫਿਰ ਜੰਨਤ ਹੀ ਹੋਏ ਨਾ ਨਾ ਕੱਲਾ ਹੁਸੈਨ ਦਾ ਨਾਮ ਲੈਣਾ ਕਾਫੀ ਨਹੀਂ ਹੈ ਤੇ ਹੁਸੈਨੀ ਕਹਿ ਲੈਣਾ ਕਾਫੀ ਨਹੀਂ ਹੈ ਤੇ ਐਵੇਂ ਖਾਲੀ ਹੁਸੈਨ ਨੂੰ ਮੈਂ ਮੰਨਦਾ ਮੈਂ ਮੰਨ ਲਿਆ ਇਹਦੇ ਨਾਲ ਕੰਮ ਨਹੀਂ ਬਣਨਾ ਹੁਸੈਨ ਦੇ ਨਾਮ ਤੇ ਨਾਰੇ ਨਾਲ ਕੰਮ ਨਹੀਂ ਬਣੇਗਾ ਬਲਕਿ ਹੁਸੈਨ ਦੇ ਅਕੀਦੇ ਤੇ ਈਮਾਨ ਨਾਲ ਕੰਮ ਬਣੇਗਾ ਅਸੀਂ ਅਹਿਲੇ ਹਦੀਸ ਵੀ ਮੰਨਦੇ ਹਾਂ ਅਸੀਂ ਆਨਿਆਂ ਲੋਗੋ ਅਸੀਂ ਮੰਨਦੇ ਹਾਂ ਦੁਨੀਆ ਵੀ ਮੰਨਦੀ ਹੈ ਲੇਕਿਨ ਅਸੀਂ ਭਾਈ ਜਾਨ ਮੰਨਦੇ ਹਾਂ ਕੁਰਾਨੋ ਹਦੀਸ ਮਾਸ਼ਾਅੱਲਾ ਮਾਸ਼ਾਅੱਲਾ ਬਿਸਮਿਲ੍ਲਾ ਤਸ਼ਰੀਫ ਲਿਆਓ ਜੀ ਚਾਰ ਚਾਨ ਲੱਗੇ ਮਾਸ਼ਾਅੱਲਾ ਪ੍ਰੋਗਰਾਮ ਨੂੰ ਜੀ ਮੇਰੇ ਭਾਈ ਜਾਨ ਹਾਜੀ ਸਾਹਿਬ ਤਸ਼ਰੀਫ ਲੈ ਨੇ ਅੱਲਾਹ ਤਾਲਾ ਜ਼ਿੰਦਗੀ ਦਰਾਜ਼ ਫਰਮਾਏ ਅਹਲਨ ਸਹਲਨ ਮਰਹਬਾ ਸੰਗਤ ਸਮੇਤ ਸਾਥੀਆਂ ਸਮੇਤ ਦੋਸਤ ਅਹਬਾਬਾਂ ਸਮੇਤ ਅੱਲਾਹ ਤਾਲਾ ਸਾਰਿਆਂ ਦਾਣਾ ਕਬੂਲੋ ਮਜ਼ੂਰ ਫਰਮਾਏ ਆਮੀਨ ਕਹੋ ਇੱਧਰ ਵੇਖੋ ਇੱਧਰ ਵੇਖੋ ਭਾਈ ਮੇਰੇ ਬਾਕੀਆਂ ਦਾ ਸਾਨੂੰ ਨਹੀਂ ਪਤਾ
ਅਸੀਂ ਜਿਹੜੇ ਇਸ ਮਸਲਕ ਵਾਲੇ ਹਦੀਸ ਦੇ ਲੋਕ ਆ ਨਾ, ਅਸੀਂ ਕਹਿੰਦੇ ਭਾਈ ਜਾਨ ਸਾਡੇ ਮੰਨਣ ਦਾ ਮਿਆਰ ਇਹ ਹੈ ਕਿ ਅਸੀਂ ਅਹਲੇ ਬੈਤ ਤੇ ਹੁਸੈਨ ਪਾਕ ਨੂੰ ਆਪਣੀ ਮਰਜ਼ੀ ਨਾਲ ਨਹੀਂ ਮੰਨਦੇ, ਝੂਠੀ ਰਵਾਇਤਾਂ ਨਾਲ ਨਹੀਂ ਮੰਨਦੇ, ਮਰਸੀਆਂ ਤੇ ਡੋੜਿਆਂ ਤੇ ਕਿਸੇ ਤੇ ਮਨ ਘੜਤ ਤਾਰੀਖੀ ਰਵਾਇਤਾਂ ਨਾਲ ਨਹੀਂ ਮੰਨਦੇ, ਇਹ ਕੂੜ ਕੜਲ ਕਹਾਣੀਆਂ ਨਾਲ ਨਹੀਂ ਮੰਨਦੇ, ਅਸੀਂ ਅਹਲੇ ਬੈਤ ਤੇ ਜਨਾਬ ਹੁਸੈਨ ਨੂੰ ਰੱਬ ਦੇ ਕੁਰਾਨ ਨਾਲ ਮੰਨਦੇ ਹਾਂ, ਨਬੀ ਦੇ ਫਰਮਾਨ ਨਾਲ ਮੰਨਦੇ ਹਾਂ। ਭਾਈ ਜਾਨ ਕਾਰੀ ਸਾਹਿਬ ਮੁਦੱਸਰ ਬਾਨੀ ਸਾਹਿਬ ਨੇ ਠੰਡ ਪਾ ਦਿੱਤੀ, ਪਾਊ ਇਹ ਹੱਥ ਛੱਡ ਦੇ, ਅੱਲਾ ਤੈਨੂੰ ਰੰਗ ਲਾਏ ਮਾਸ਼ਾਅੱਲਾ, ਤੇ ਥੋੜ੍ਹਾ ਜਿਹਾ ਅੱਗੇ ਮੇਰੇ ਲਾਗੇ ਵੀ ਹੋ ਕੇ ਬਹਿ। ਹਾਜੀ ਸਾਹਿਬ ਆਏ ਨੇ, ਮੈਂ ਕੋਈ ਗੱਲ ਸਮਝਾਉਣਾ, ਤਕਰੀਰਾਂ ਹੋ ਗਈਆਂ ਨੇ, ਕਾਰੀ ਸਮਰੇ ਤੀਕ ਸਾਹਿਬ ਬਿਆਨ ਕਰ ਗਏ, ਹੋਰ ਮਾਸ਼ਾਅੱਲਾ ਮਾਂ ਕੋਈ ਗੱਲ ਸਮਝ ਲਓ ਫਕੀਰ ਦੇ ਕੋਲੋਂ। ਇੱਥੋਂ ਕਿਸੇ ਬੰਦੇ ਦੇ ਕੋਲ ਹੋਏ ਭਾਈ ਜਾਨ ਸੋਨੇ ਦੀ ਡੱਲੀ, ਕੀ ਹੋਏ ਜ਼ਰਾ ਬੋਲੋ, ਸਾਰੇ ਨੇ ਵੀ ਬੋਲਦੇ ਕੀ ਹੋਏ, ਉਹ ਤੂੰ ਤਾਂ ਹੈ ਸੋਨੇ ਦੀ ਡੱਲੀ, ਅੱਲਾ ਤੈਨੂੰ ਬਰਕਤ ਦੇ, ਬੜਾ ਪਿਆਰਾ ਭਾਈ ਅੱਲਾ ਦੀ ਜ਼ਿੰਦਗੀ, ਕੀ ਹੋਏ ਬੰਦੇ ਦੇ ਕੋਲ ਬੋਲੋ, ਸੋਨੇ ਦੀ ਡੱਲੀ ਹੋਏ ਤੇ ਉਹ ਕਹੇ ਵੀ ਮੈਂ ਤਾਂ ਵਜ਼ਨ ਕਰਾਣੇ ਤੁਲਾਣੇ ਵੀ ਕਿੰਨਾ ਕੁ ਹੈ ਤੇ ਇਹਦੇ ਅੰਦਰ ਖੋਟ ਕਿੰਨਾ ਹੈ ਤੇ ਅਸਲ ਕਿੰਨਾ ਹੈ ਤੇ ਰੱਲਾ ਕਿੰਨਾ ਹੈ, ਮਿਲਾਵਟ ਤੇ ਦਾ ਵਜ਼ਨ ਪਤਾ ਹੈ ਕੀ ਤੇ ਕਿੰਨਾ ਦੇ ਨਾਲ ਮੁੱਲ ਕੀ ਬਣਦੇ। ਉਹ ਫਿਰ ਅਗਰ ਉਹ ਸੋਨੇ ਦੀ ਡੱਲੀ ਨੂੰ ਲੈ ਕੇ ਤੇ ਟੁਰ ਜਾਏ ਵਜ਼ਨ ਕਰਾਉਣ ਵਾਸਤੇ ਕਿੱਥੇ ਜਾਏਗਾ ਬੋਲੋ, ਸਾਰੇ ਨਹੀਂ ਬੋਲੇ ਕਿੱਥੇ ਜਾਏਗਾ। ਤੇ ਜੇ ਉਹ ਗੁਜਰਾਂ ਦੇ ਮੱਝਾਂ ਵਾਲੇ ਪੱਠੇ ਦੇ ਟਾਲ ਤੇ ਟੁਰ ਜਾਏ ਤੇ ਪੱਠਿਆਂ ਵਾਲੇ ਟਾਲ ਵਾਲੇ ਨੂੰ ਕਹੇ ਬਈ ਇਹ ਸੋਨੇ ਦੀ ਡੱਲੀ ਹੈ, ਮੈਨੂੰ ਇਹਦਾ ਵਜ਼ਨ ਕਰਕੇ ਦੱਸ, ਉਹ ਕੀ ਕਹੇਗਾ, ਉਹ ਕਹੇਗਾ ਮੈਂ ਵਜ਼ਨ ਤੇ ਨਹੀਂ ਕਰ ਸਕਦਾ ਬਾਬਾ ਜੀ ਤੁਮਜੀ ਸਾਹਿਬ, ਉਹ ਕਹੇਗਾ ਮੈਂ ਤੇਰੇ ਵਾਸਤੇ ਅਕਲ ਤੇ ਹਦਾਇਤ ਦੀ ਦੁਆਈ ਕਰ ਸਕਦਾ, ਪਾਗਲਾ ਇਹ ਸੋਨਾ ਸੋਨਾ, ਉਹ ਕਹੇਗਾ ਸੋਨਾ ਤੇ ਫਿਰ ਐਡਾ ਵੱਡਾ ਕੰਡੋ। ਰਾਣਾ ਸਾਹਿਬ ਅੱਲਾ ਸੁਬੀਦਾਰ ਸਾਹਿਬ ਦੀ ਕਬਰ ਰੋਸ਼ਨ ਫਰਮਾਏ, ਮਾਸ਼ਾਅੱਲਾ ਬੜੀ ਖੁਸ਼ੀ, ਜੁਗੀ ਅਲਫਚ ਕੌਰ ਮਸਜਿਦ ਅਮੀਰ ਹੋ ਗਈ, ਅੱਲਾ ਸਾਰੇ ਆਪਣੇ ਘਰ ਆਬਾਦ ਫਰਮਾਏ, ਅੱਲਾ ਦੇ ਅੰਦਰ ਵੀ ਅਸੀਮ ਦਾ ਇੰਤਜ਼ਾਮ ਫਰਮਾ ਦੇਵੇ। ਇਧਰ ਉਹ ਕਹੇਗਾ ਐਡਾ ਵੱਡਾ ਕੰਡਾ, ਐਡੇ ਬੜੇ ਬੜੇ ਵੱਡੇ ਪਏ ਨੇ ਤੇ ਮਣਾ ਤੇ ਮਣ ਰਕਸ਼ੇ ਤੇ ਟਰਾਲਿਆਂ ਦੇ ਪੱਠੇ ਤੋਲੀ ਜਾਣੇ ਤੇ ਮੇਰੀ ਏਡੀ ਸਾਰੀ ਡੱਲੀ ਏ, ਇਹ ਨਹੀਂ ਤੇਰੇ ਕੋਲ ਪਈ ਤੁਲਦੀ, ਤੋਲ ਦੇ ਮੈਨੂੰ ਗਾ ਤੋਲ ਦੇ। ਉਹ ਕਹੇਗਾ ਤੇਰੇ ਮੈਂ ਅਕਲ ਤੇ ਹਦਾਇਤ ਦੀ ਦੁਆ ਕਰਦਾ ਵਾਂ ਭਾਈ ਜਾਨ, ਇਹ ਕੰਡਾ ਵੀ ਵੱਡਾ ਏ, ਇਹ ਵੱਡੇ ਵੀ ਵੱਡੇ ਨੇ, ਇੱਥੇ ਪੱਠੇ ਵੀ ਲੰਮੇ ਚੌੜੇ ਚੌੜੇ ਜਨਾਬ ਤੋਲੇ ਜਾਂਦੇ ਨੇ, ਉਹ ਡਾਲੇ ਰਕਸ਼ੇ ਲੋਡਰ ਲੱਦ ਕੇ ਲੈ ਕੇ ਜਾ ਰਹੇ ਹੈ, ਲੇਕਿਨ ਸੋਨੇ ਨੂੰ ਤੋਲਣ ਦੇ ਕੰਡੇ ਵੱਡੇ ਹੋਰ ਹੋਇਆ ਕਰਦੇ ਨੇ, ਸੋਨੇ ਨੂੰ ਤੋਲਣ ਦੇ ਕੰਡੇ ਵੱਡੇ, ਓਏ ਸਾਰੇ ਬੋਲੋ ਸੋਨੇ ਨੂੰ ਤੋਲਣ ਦੇ ਕੰਡੇ ਵੱਡੇ ਹੋਰ ਹੋਇਆ ਕਰਦੇ ਨੇ। ਇੱਥੇ ਬੰਦੇ ਸਾਨੂੰ ਆਨੇ ਜੀ ਤਾਰੀਖ ਵਿੱਚ ਇੰਜ ਨਹੀਂ ਲਿਖਿਆ, ਤਾਰੀਖ ਦੇ ਵਿੱਚ ਇਹ ਨਹੀਂ ਆਇਆ, ਤਾਰੀਖ ਦੇ ਵਿੱਚ ਭਾਈ ਜਾਨ ਏਦਾਂ ਨਹੀਂ ਹੋਇਆ, ਤਾਰੀਖ ਉਹ ਪਈ ਆਉਂਦੀ ਏ, ਲੈ ਫਿਰ ਫਲਾਣੇ ਨੇ ਏਦਾਂ ਨਹੀਂ ਕੀਤਾ ਤੇ ਉਹਨਾਂ ਨੇ ਇਹ ਨਹੀਂ ਕੀਤਾ। ਮੈਂ ਕਿਹਾ ਭਾਈ ਜਾਨ ਅਗਰ ਸ਼ਾਨੇ ਹੁਸੈਨ ਸਮਝਣਾ ਹੈ ਨਾ ਤੇ ਅਹਿਲੇ ਬੈਤ ਤੂੰ ਜਾਣਨਾ ਚਾਹੁੰਦਾ ਹੈ ਤੇ ਫਿਰ ਅਹਿਲੇ ਬੈਤ ਹਸਤੀਆਂ ਨੂੰ ਤਾਰੀਖ ਨਾਲ ਨਾ ਵੇਖ ਪੱਠਿਆਂ ਦੇ ਕੰਡੇ ਵਾਂਗੂ, ਅਗਰ ਹੁਸੈਨ ਤੇ ਅਹਿਲੇ ਬੈਤ ਦਾ ਵਜ਼ਨ ਦਾ ਅੰਦਾਜ਼ਾ ਸ਼ਾਨ ਤੇ ਅਜ਼ਮਤ ਤੇ ਆਂਦਾਨ ਦਾ ਲਗਾਉਣਾ ਚਾਹੁੰਦਾ ਹੈ ਤੇ ਫਿਰ ਆ ਇੱਧਰ ਪਾਸੇ ਦੇ ਸੋਨੇ ਮਸਲਕ ਵੱਲ ਆ, ਤੈਨੂੰ ਹੁਸੈਨ ਅਗਰ ਲੱਭਣਾ ਮਿਲਣਾ ਹੈ ਤੇ ਰੱਬ ਦੇ ਕੁਰਾਨ ਚੋਂ ਲੱਭਣਾ ਵੇ, ਨਬੀ ਦੀ ਜ਼ੁਬਾਨ ਚੋਂ ਲੱਭਣਾ, ਉਹ ਤਾਰੀਖ ਵਾਲੇ ਪਾਸੇ ਟੁਰੇ ਫਿਰਦੇ ਤੇ ਲਾਉਣੇ ਪਿਆ ਫੜਦੇ। ਅਹਿਲੇ ਬੈਤ ਹੁਸੈਨ ਤਾਰੀਖੀ ਹਸਤੀਆਂ ਨਹੀਂ, ਬੋਲੋ ਤਾਰੀਖੀ ਹਸਤੀਆਂ, ਉਹ ਕੁਰਾਨੀ ਹਸਤੀਆਂ ਨੇ, ਬੋਲੋ ਕਿਹੜੀਆਂ ਹਸਤੀਆਂ ਨੇ, ਸਾਰੇ ਬੋਲੋ ਯਾਰ ਕਿਹੜੀਆਂ ਹਸਤੀਆਂ ਨੇ, ਕੁਰਾਨੀ ਹਸਤੀਆਂ ਨੇ। ਮੇਰਾ ਖਿਆਲ ਹੈ ਕੁਰਾਨੇ ਪਾਕ ਪੜ੍ਹੀਏ ਤੇ ਆਪਾਂ ਕੰਮ ਸ਼ੁਰੂ ਵੀ ਕਰੀਏ ਤੇ ਫਿਰ ਮੁਕਾ ਵੀ ਹੈ। ਆ ਜਾਓ ਜੀ ਭਾਈ ਜਾਨ, ਤਸ਼ਰੀਫ ਲਿਆ, ਅੱਲਾ ਤਾਲਾ ਤੁਹਾਡਾ ਆਣਾ ਕਬੂਲ ਫਰਮਾਏ, ਅੱਲਾ ਤੁਹਾਨੂੰ ਸਿਹਤ ਇਮਾਨ ਵਾਲੀ ਲੰਬੀ ਜ਼ਿੰਦਗੀ ਅਤਾ ਫਰਮਾਏ। ਆਓ ਜ਼ਰਾ ਇਮਾਮ ਉਲੰਬੀਆ ਜਨਾਬੇ ਮੁਹੰਮਦ, ਆਵਾਜ਼ ਨਹੀਂ ਆਈ ਜ਼ਰਾ, ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਤੇ ਅੱਲਾਹ ਨੇ ਆਪਣਾ ਕੁਰਾਨ ਨਾਜ਼ਿਲ ਫਰਮਾਇਆ। ਤਵੱਜੋ ਕਰਨਾ ਮੇਰੇ ਭਾਈਓ, ਐ ਰੱਬ ਦਾ ਕੁਰਾਨ ਪਿਆ ਪੜਦਾ ਤੇ ਹੱਕ ਦਾ ਐਲਾਨ ਪਿਆ ਕਰਦਾ, ਫਰਮਾਇਆ ਇਨਮਾ ਯੁਰੀਦੁੱਲਾਹੁ ਲਿਯੁਜ਼ਹਿਬ ਅਨਕੁਮ ਰਿਜ਼ਾ ਅਹਲਲ ਬੈਤੇ ਵਯੋ ਤਾਖਿਰਾ ਕੁਮਾ ਤਤਹੀਰਾ।
اہلِ بیت اندر آلِ اکیل آلِ مسلم آلِ جعفر آلِ عباس تے ساریاں شامل ہیں اور اولاد شامل ہے ادھن آلال بنیادی تے پہلی گال اہلِ بیت اندر حضور دیاں بیویاں بھی شامل نے بھائی گال سنو ہے یار اولاد اہلِ بیت اندر بندہ گن لے شامل کر لے تے جدے وچو اولاد ہے اس بیوی نو بندہ اہلِ بیت گنے من نہیں نہیں ایک کتھو دے اکل دی گال لے جدے وچو اولاد ہے اُدھے وچو ہون والی اگو جمن جان والی اگو اولاد نو پھڑ کے اہلِ بیت من لے آتے جدے وچو ہوئیے اس مانو اہلِ بیت چوئی بار کر دیتا نا نا بیویاں حضور دیاں پہلے اہلِ بیت اندر نے تے میرے حسین بڑے شان والے تے دوسری میں حدیث پاک دا مفہوم سادہ لفظہ دندر تے نو سمجھانا ہے سویر دی سن رہا ہے تے سن دیاں سن دیاں زندگیاں لگ رہی ہیں آل حسین منی وانا من الحسین میرے نبی فرما دنے حسین میرے وچو تے بولو میں ہاں ہاں اینج نہیں بزرگو اینج نہیں اے دا مفہوم میں سمجھا دیندا گا میرے نبی کدہ حسین وچ ہو جاندے نے اس حدیث پاک دا مانا اس حدیث پاک دا مفہوم اس حدیث پاک دا ترجمہ تشریح تے توضیح میں اینج ساتے لفظہ دی اندر توڑے سامنے گل سمجھا دیندا گا الحسین منی والا من الحسین حضور فرما رہے نے لوگو حسین میرا وے میں حسین دعوا حسین میرا وے میں حسین دا خانا تائیں تے پھر میں کہنا چاہنا محبت اور پیاک دنالا نانا جس دا پاک نبیے نانا جس دا پاک نبیے بابا جس دا مولا علیے او دا نام حسین او دا نام حسین اللہ اکبر اللہ برکت عطا فرمائے بیٹا توجہ فرماؤ نانا جس دا پاک نبیے نانا جس دا پاک نبیے بابا جس دا مولا علیے او دا نام حسین او دا نام حسین او دا نام حسین حسین او دا نام حسین او دا نام حسین اج دس محرم تے کربلا چو چکر لا لئیے جیڑا کفر دے ہوش اڑاوے جیڑا کفر دے ہوش اڑاوے نعرے تکبیر دلاوے او دا نام حسین او دا نام حسین اگلی گل بھی سنا دیندا اے سرفراز حیدر میں محبت نال عرض کرنا چاہندا نانا جس دا پاک رسولے میں پہلے پڑھیا سی نانا جس دا پاک نبیے عادل صاحب ہن پڑھ رہا نانا جس دا پاک رسولے نانا جس دا پاک رسولے اممہ جس دی زہرہ پتولے او دا نام حسین او دا نام حسین یہ میرے حسین رضی اللہ تعالیٰ تبارک و تعالیٰ کون حسین میرے بھائیو گل سنو تو جو دنال محبت دنال میار کرنا چاہنا خلاصتن ایمیں جناب قصہ کہانی مقصود نہیں ہے کوئی نچوڑ شہادت شان حسین دا کربلا دا کو خلاصہ عد کرنا چاہنا آئی ذرا فضائل بڑے سنے ہیں شان حسین سویر دی سن رہے ہو زندگیاں لگ رہی ہیں لیکن میں ایک کو گلر کرنا چاہنا میاں نہ لو اہلِ بیت حسین تے صحابت درمیان کوئی جنگ نہیں سی کوئی لڑائی نہیں سی کوئی تو تکرار نہیں سی کوئی آپس اندر دشمنی نہیں سی عداوت نہیں سی کون کہتا ہے کہ ان میں جدائی ہو گئے یہ ہوائی کسے دشمن نے اڑائی ہو گئے رب دا قرآن پہ پڑھ دانا تے حق دا اعلان پیا کردا فرمایا محمد الرسول اللہ صلی اللہ علیہ وسلم
ਮਾਰੇ ਨਹੀਂ ਬੋਲੇ ਸੱਜੇ ਖੱਬੇ ਪਿੱਛੇ ਵਾਲੇ ਗਰਮੀ ਦੇ ਅੰਦਰ ਠੰਡੇ ਪਏ ਹੁੰਦੇ ਹੋ ਯਾਰ ਜੂਦੇ ਪਾਕ ਉੱਚੀ ਆਵਾਜ਼ ਨਾਲ ਸੱਲੱਲਾਹੁ ਮਾਸ਼ਾਅੱਲਾ ਸੱਲੱਲਾਹੁ ਅਲੈਹਿ ਵਸੱਲਮ ਤੇ ਫਰਮਾਇਆ ਵੱਲਜ਼ੀਨਾ ਮਾਹੋ ਜਿਹੜੇ ਉਹਨਾਂ ਦੇ ਨਾਲ ਈਮਾਨ ਲੈ ਕੇ ਆਏ ਖੈਣ ਉਹਨਾਂ ਦੀਆਂ ਸ਼ਾਨਾਂ ਕਿਆ ਖੈਣ ਐ ਰੱਬ ਦਾ ਕੁਰਾਨ ਪਿਆ ਪੜਦਾ ਤੇ ਹੱਕ ਦਾ ਐਲਾਨ ਪਿਆ ਕਰਦਾ ਫਰਮਾਇਆ ਰੋਹਾ ਮੰਗਾ ਅੱਲਾ ਫਰਮਾਉਂਦੇ ਨੇ ਆਪਸ ਅੰਦਰ ਸ਼ੀਰੋ ਸ਼ਕਰ ਨੇ ਆਪਸ ਅੰਦਰ ਖੰਡ ਸ਼ੀਰ ਨੇ ਭਾਈ ਭਾਈ ਨੇ ਮੈਂ ਕੁਰਾਨ ਦੀ ਮੰਨਾ ਜਾਂ ਤੇਰੀ ਮੰਨਾ ਮੈਂ ਕੁਰਾਨ ਦੀ ਮੰਨਾ ਜਾਂ ਤਾਰੀਖ ਦੀ ਮੰਨਾ ਜਹਾਨ ਦੀ ਤਾਰੀਖ ਠੁਕਰਾ ਦੇਵਾਂ ਮੇਰੇ ਤੇ ਕੋਈ ਫਰਦੇ ਜੁਰਮ ਐਦ ਨਹੀਂ ਹੋ ਸਕਦਾ ਕੁਰਾਨ ਦੀ ਜ਼ਬਰ ਜ਼ੇਰ ਨਾਲ ਬੰਦਾ ਕਾਫਿਰ ਹੋ ਜਾਂਦਾ ਵੇ ਹਦੀਸ ਦੇ ਇਨਕਾਰ ਨਾਲ ਬੰਦਾ ਕਾਫਿਰ ਹੋ ਜਾਂਦਾ ਹੈ ਐਲ ਦੀ ਸੰਤ ਨੇ ਕੁਰਾਨ ਵਲਾ ਜਾ ਅਹਿਲ ਦੀ ਸੰਤ ਨੇ ਹਦੀਸ ਵਲਾ ਜਾ ਅਸੀਂ ਹੁਸੈਨ ਮੰਨਦਿਆਂ ਅਲੀ ਮੰਨਦਿਆਂ ਹਸਨ ਮੰਨਦਿਆਂ ਬੀਬੀ ਜ਼ਾਰਾ ਨੂੰ ਮੰਨਦਿਆਂ ਅਹਿਲ ਬੈਤ ਨੂੰ ਮੰਨਦਿਆਂ ਲੇਕਿਨ ਮਿਲ ਕੇ ਬੋਲੋ ਅਸੀਂ ਮੁਸ਼ਕਿਲ ਕੁਸ਼ਾ ਮੰਨਦੇ ਸਾਰੇ ਨਹੀਂ ਬੋਲੇ ਸੱਜਾਦ ਖੜਾ ਕਰਕੇ ਕੋਈ ਪਾ ਦਿਓ ਮੁਸ਼ਕਿਲ ਕੁਸ਼ਾ ਮੰਨਦੇ ਹਾਜਤ ਰਵਾ ਮੰਦੇ ਅੱਲਾ ਤੇ ਮੈਂ ਵੇਖੇ ਨਾ ਜਨਾਬ ਇੰਨਾ ਰਸ਼ ਲਗਵਾਇਆ ਹਾਜੀ ਸਾਹਿਬ ਸੁਲਤਾਨ ਬਈ ਵੱਲੋਂ ਗੱਡੀਆਂ ਆ ਰਹੀਆਂ ਨੇ ਤੇ ਚਾਰ ਦਿਨ ਪਹਿਲੇ ਪਾਕ ਪੱਤਨ ਦੇ ਅੰਦਰ ਰਸ਼ ਲੱਗ ਗਿਆ ਤੇ ਅੱਜ ਲਾਹੌਰ ਪਾਕ ਦਾ ਮਨਾ ਤੇ ਉਹ ਜਨਾਬ ਬਜ਼ੁਰਗਾਂ ਦੇ ਅਲੀ ਹਜਵੇਰੀ ਰਹਿਮਤੁੱਲਾ ਲੈ ਤੇ ਗਾਮੇ ਸ਼ਾਹ ਤੇ ਬੰਨੇ ਕਿਤੇ ਕਿਤੇ ਸਦਾ ਬਰਗਾ ਤੇ ਕੀ ਕੁਝ ਹੋ ਰਿਹਾ ਹੈ ਨਾ ਮੇਰੇ ਦਿਲ ਦੀ ਤੜਪੇ ਮੇਰਾ ਦਿਲ ਦੁੱਖ ਦਵੇ ਔਰ ਮੇਰਾ ਦਿਲ ਖੂਨ ਦੇ ਆਸੂ ਰੁੰਦੇ ਮੈਂ ਕਿਹਾ ਦੁਨੀਆ ਨੇ ਮੇਰੇ ਹੁਸੈਨ ਨੂੰ ਸਮਝੇ ਹੀ ਕੋਈ ਨਹੀਂ ਹੈ ਦੁਨੀਆ ਨੇ ਮੇਰੇ ਹੁਸੈਨ ਨੂੰ ਜਾਣੇ ਹੀ ਕੋਈ ਨਹੀਂ ਹੈ ਅਸੀਂ ਆਨਿਆ ਲੋਗੋ ਹੁਸੈਨ ਜੰਤੀ ਨੌਜਵਾਨਾਂ ਦਾ ਸਰਦਾਰ ਏ ਹੁਸੈਨ ਅਲੀ ਦਾ ਲਾਲ ਏ ਹੁਸੈਨ ਜ਼ਹਰਾ ਦਾ ਬਛੜਾ ਵੇ ਹੁਸੈਨ ਰਸੂਲ ਦਾ ਪਿਆਰਾ ਨਵਾਸਾ ਹੈ ਹੁਸੈਨ ਸ਼ਹੀਦੇ ਕਰਬਲਾ ਹੈ ਹੁਸੈਨ ਮਜ਼ਲੂਮ ਹੈ ਸਾਰਾ ਕੁਝ ਮੰਨਵਾ ਲੈ ਅਸੀਂ ਮੰਨਣ ਵਾਸਤੇ ਤਿਆਰ ਆ ਲੇਕਿਨ ਹੱਥ ਬੰਨ ਕੇ ਕਹਿਣਾ ਹੁਸੈਨ ਹਾਜਤ ਰਵਾ ਨਹੀਂ ਹੈ ਹੁਸੈਨ ਮੁਸ਼ਕਿਲ ਪੁਸ਼ਾ ਨਹੀਂ ਹੈ ਲੜ ਨਹੀਂ ਮੇਰੀ ਗੱਲ ਤੇ ਲਾਗੇ ਬਹਿ ਕੇ ਸਮਝਣਾ ਮੈਂ ਨਾ ਅੱਲਾ ਦੇ ਬੰਦਿਆ ਉਹ ਮੇਰੇ ਪੁੱਤ ਮੇਰੇ ਵੀਰ ਉਹ ਮੇਰੇ ਭਾਈ ਉਹ ਭਾਉ ਜਾਨ ਲੜਾਈ ਨਹੀਂ ਪਿਆਰ ਦੀ ਗੱਲ ਕਹਿਣਾ ਮੈਂ ਤੇ ਮੁਹੱਬਤ ਦੀ ਦਵਾ ਦੇਣ ਵਾਸਤੇ ਆਇਆ ਹਾਂ ਮੈਂ ਕਹਿਣਾ ਜਿਹੜਾ ਪਿਆਸਾ ਸ਼ਹੀਦ ਹੋ ਜਾਵੇ ਉਹ ਹਾਜਤ ਰਵਾ ਨਹੀਂ ਹੋਇਆ ਕਰਦਾ ਜਿਹਦੀ ਨਿੱਕੀ ਨਿੱਕੀ ਧੀ ਅੱਖਾਂ ਦੇ ਸਾਹਮਣੇ ਔਲਾਦ ਪਿਆਸੀ ਤੜਪ ਕੇ ਬਿਲਕ ਕੇ ਪਾਣੀ ਦੀ ਬੂੰਦ ਘੁੰਟਾਂ ਨੂੰ ਤਰਸਦੀ ਮਰ ਜਾਵੇ ਸ਼ਹੀਦ ਹੋ ਜਾਵੇ ਉਹ ਹਾਜਤ ਰਵਾ ਨਹੀਂ ਹੋਇਆ ਕਰਦਾ ਜਿਹਦੇ ਆਪਣੇ ਸਾਥੀ ਜ਼ੁਲਮ ਨੇ ਜ਼ਬਾਹ ਕਰ ਦਿੱਤੇ ਜਾਣ ਤੇ ਵਸ ਨਾ ਚੱਲੇ ਉਹ ਮੁਸ਼ਕਿਲ ਕੁਸ਼ਾ ਨਹੀਂ ਹੋਇਆ ਕਰਦਾ ਹਮ ਅਹਿਲੇ ਬੈਤ ਕੇ ਮਾਨਣੇ ਵਾਲੇ ਹਮ ਹੈ ਹੁਸੈਨ ਕੋ ਮਾਨਣੇ ਵਾਲੇ ਹਮ ਅਲੀ ਕੋ ਮਾਨਣੇ ਵਾਲੇ ਹਾਜੀ ਸਾਹਿਬ ਪਹਿਲੇ ਜ਼ਿਕਰ ਹੋ ਰਿਹਾ ਸੀ ਔਰ ਅਲਾਮਾ ਅਸਲਮ ਜ਼ਹੀਰ ਸਾਹਿਬ ਨੇ ਮੈਂ ਗੱਲ ਕਰ ਦਿੱਤੀ ਮਗਰ ਨਾ ਮੈਂ ਜ਼ਿਕਰ ਸ਼ਾਇਦ ਨਾ ਹੀ ਕਰਦਾ ਉਹਨਾਂ ਨੇ ਯਾਦ ਕਰਾ ਦਿੱਤੀ ਹੈ ਔਰ ਇਹਦੇ ਅੰਦਰ ਮੇਰਾ ਕਮਾਲ ਨਹੀਂ ਹੈ ਅੱਲਾ ਦੀ ਤੋਹੀਦ ਦਾ ਬੜਾ ਸਬਕ ਹੈ ਤੋ ਜੋ ਮੇਰੇ ਨਾਲ ਕਰਕੇ ਜ਼ਰਾ ਦੋਵੇਂ ਹੱਥ ਚੁੱਕ ਕੇ ਸੁਭਾਨ ਅੱਲਾ ਦਿਲੋਂ ਸੁਣਾਓ ਤਾਂ ਕਿ ਗਰਮੀ ਭਾਗ ਜਾਏ ਤੇ ਸੀਨੇ 'ਚ ਠੰਡ ਪੈ ਜਾਏ ਤੇ ਮੈਂ ਤੁਹਾਨੂੰ ਰੱਬ ਦੀ ਤੋਹੀਦ ਤੇ ਅੱਲਾ ਦੇ ਦੇਣ ਦੀ ਗੱਲ ਸੁਣਾਉਣਾ ਜ਼ਰਾ ਉੱਚੀ ਕਹੋ ਸੁਭਾਨ ਅੱਲਾ ਐ ਬਜ਼ੁਰਗਾਂ ਨੇ ਨਾਰਾ ਮਾਰੇ ਤੇ ਮਾਸ਼ਾਅੱਲਾ ਬਜ਼ੁਰਗਾਂ ਦੇ ਜਜ਼ਬਾਤ ਐਣ ਤੇ ਨੌਜਵਾਨ ਜੇ ਪਿੱਛੇ ਰਹਿ ਜਾਣ ਦੇ ਫਿਰ ਗੱਲ ਤੇ ਨਹੀਂ ਨਾ ਬਣਦੀ ਨਾ ਸਿਆਣਿਆਂ ਦੇ ਨੇ ਜੱਗ ਬੀਤੀ ਸੁਣਾਵਾਂ ਜਾਂ ਤਨ ਬੀਤੀ ਸੁਣਾਵਾਂ ਭਾਈ ਜਾਨ ਅੱਗੋਂ ਫਿਰ ਉਹ ਬੰਦੇ ਕਹਿੰਦੇ ਨੇ ਜੱਗ ਬੀਤੀ ਨੂੰ ਛੱਡ ਦੇ ਤੂੰ ਤਨ ਬੀਤੀ ਸੁਣਾ ਦੇ ਐ ਜਿਹੜਾ ਸਰਫਰਾਦ ਹੈ ਦਰਗੁਨਾਗਾਰ ਤੇਰੇ ਸਾਹਮਣੇ ਬੈਠੋ ਏ ਮੇਰੀ ਸ਼ਾਦੀ ਨੂੰ 20 ਸਾਲ ਦਾ ਅਰਸਾ ਲੰਘ ਗਿਆ
ते जदों दा मैं मसला कहले हदीस वल आवां, एक ते मैं उसे फैमिली ते खानदान अंदर शादी करा बैठा, बहरहाल हो गई रौला रप्पा घर दे खिलाफ। मैं कहा चल मेरी मजबूरी है ना, लेकिन मैनू नहीं सी पता कि मेरी नीयत साफ है। अल्लाह ने मेरी घर वाली नू भी मेरे घर आके अहले हदीस बना छड़िया, अल्लाह ने उन्होंने भी अहले हदीस बना छड़िया। अल्लाह ने साल बाद मैनू एक धी अता फरमाई, फिर दो साल बाद एक और धी अता फरमा छड़ी। ओदे बाद ना धी ना पुत ना कुड़ी ना मुंडा, पांच साल नहीं, दस साल नहीं, बारह साल नहीं, चौदह साल नहीं, सतारह साल नहीं, अठारह साल नहीं, वीह साल दा अरसा बीत गया। ते मैनू बंदे ताने मार मार के कहन लगे वहाबी जो गया मैं, वहाबी जो गया है, तू उतरे जाने तेरे रकबे जमीना है मकान कोठियां कारा तेरी किड़ी शह, तू उतरे जाएगा तू मुनकर हो गया है। एक और गल सुनो, इस फकीर दी जाती है और पर्सनल मैं गल स्टेज ते बयान कर रहा। नर्सा ते बीबियां ते लेबॉरटरियां दियां रिपोर्टा आईया, मैनू कहन लगियां मौलाना इस वाइफ विचों तुहाडी औलाद नहीं हो सकती, तुसीं शादी करा लवो। ते तुहानूं पता ना खतीबां नूं रिश्ते भी लभ जांदे ने, जमाती प्यार करदे ने, ते आफरा हो जांदियां ने, ते मौलवी शादियां दो दो भी। हाँ बिल्कुल आई साहब, बल्कि चार चार बोलो किनिया अपनी जगह ते मैं शादी भी नहीं, हालांकि मेरी घरवाली ने मैनू कह दिता कि तुसी करा लो, अल्लाह सानू कोई पोती दे छड़ेगा। मैं राजिया, मैं क्या तू कह दिता तेरी गल हो गई, नहीं बड़ा है मन मनानी होता है ना, ना मैं शादी दूजी करानी है, सुन्नत इनकार नहीं है, लेकिन मैं नहीं करानी है। ओ कण करांदा को नहीं हूं, ते घर वाली ने भी ज्यादा दे छड़ी है। मैं क्या मैनू लिख के दे देवो, मैनू लिख के देवो इब्राहिम नू 86 साल अंदर इस्माइल दे सकदा वे, अल्लाह मैनू भी दे सकदा वे। अल्लाह अल्लाह हाजी अल्लाह, आमीन आमीन। खास खसूसियत नाल दुआ करो जी हाजी अब्दुरूफ साहब वास्ते, यकीन जानो एडे प्यार वाले, और ए उन्हां दी सदारत अंदर ए सारा कुछ जिहड़ा प्रोग्राम ते सिलसिला ते निजाम चल रहा है ना, ए हाजी साहब दीआं मुहब्बतां ते तावन ते सदारतां दे अंदर चल रहा है। दुआ करो अल्लाह हाजी साहब नूं बेटी अता फरमाया, आमीन। कहो मैं गल ही शुरू कर रहा, अल्लाह ते वेखो ना ए जनाब, वड्डी ईद बकरईद दुज़्ज़ा तों 4 दिन पहले, इधर वेखो भाई जान, अल्लाह ने 4 दिन वड्डी ईद तों पहले उसे बीवी विच अल्लाह ने मैनू पोतता फरमा छड़िया वे, 20 साल बाद बोलो देण वाला कौन है। राणा साहब, राणा साहब, ओ जदों अल्लाह ने मैनू बेटा दिता ना तुहाडा भतीजा, ते मैं ओ फोन कीता ते ओ नरस नो, मैं कहा हां जी करी साहब, मैं कहा मुबारक होए, आखे जी मैं अल्लाह ने तुहानू भतीजा दिते। ओ जनाब कहन लगिया के ब्याह करा लिया, ते करी साहब तुसी दसे नहीं, मखन नहीं नहीं ब्याह हुई कोई नहीं, उसे चो आखे उसे चो, मैं क्या आओ आखे, फिर मौलवी बंदे को फूका फाका मारे होने, तेरा कोई दम शम चल गया होने, मैं क्या ना फूका ना फाका ना दम ना शम ना गुस्सा ना काम ना जनाब खुशी ना काम, और मैं क्या किथे गईयां तुहाडियां लेबॉरटरियां, और किथे गए मेनू मीणा मारन वाले के वहाबी उतरे ही जाएगा, और किथे गए के 20 साल हो गए हुण किथे, ओए मैं क्या साडा मुश्किल कुशा ते हाजत रवा है, दुनिया दियां लेबॉरटरियां फेल हो जांदियां ने, अल्लाह ने इस गुनाहगार नू 20 साल बाद पुत अता फरमा छड्डे, ते मैं अल्लाह दा मैं ए खुदा, सारे बोलो सारे बोलो, माशाल्लाह माशा, जी 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 राणा साहब,
राणा शाह साहब माशाल्लाह शाह साहब दा प्यार अनोख है जी। अल्लाह अकबर उन्हें इन्हां दा प्यार भी शाहिद है माशाल्लाह। इन्हां दे नारे अंदर भी शाहिद है इन्हां दी मोहब्बत ते प्यार ते अकीदे तौहीद ते आपां दुआ करिए ते अकीदे दी गल करिए ताई तेले दी साध ने दुनिया देवे पुत देवे रब दी रज़ा कुछ बिना देवे ओनू कौन पुछेगा तिया पुत यार मोती अन मोल ने सारे इख्तियार साडे अल्लाह कोल ने सारे इख्तियार साडे अल्लाह कोल ने। मैं गल करे सा लोगो हुसैन हाजत रवा नहीं है हुसैन मुश्किल कोशा नहीं है अली मुश्किल कोशा नहीं है अहले बैत मुश्किल कोशा नहीं है नबी वली मुश्किल कोशा नहीं है अहले हदीस दा ए होई कसूर ए होई कसूर है असियां ने लोगो कायनात दा मुश्किल कोशा भी कल्ला अल्लाह है हाजत रवा भी कल्ला अल्लाह है। इधर वेखो ना गल सुनो जेड़ा शहीद हो जावे ओ मुश्किल कोशा नहीं होंदा जिनू जिबा कर दिता जाए वो हाजत रवा ते नहीं ना होंदा ना हाजत रवा कौन है बोलो अल्लाह हाजत रवा कौन है अल्लाह है। ते आओ शान हुसैन दियां दो गल्लां सुनो ते मैं वल जाना चाहना मेरे और तुहाडे प्यारे नबी जनाबे मुहम्मद सल्लल्लाहु अलैहि वाली वसल्लम दे अहले बैत नाल प्यार करना। हुण जिहड़ी मैं हदीस पाक अहले बैत दे बारे बंदे ए ना कहण जदों असी तौहीद दी गल करदे आं ते बंदे आंदे ने जनाब तुसी अहले बैत दे नाल शायद सही होब ते प्यार ही नहीं रखदे। इधर वेंदे पियो मेरे आले पासे ऐ कुर्सी उस्तादां दी ऐ क्लास लगी हुई है स्कूल दे अंदर नतीजे निकले कहण ना ओ भाई जान अगर उस्ताद क्लास अंदर मौजूद भी ना होवे हाजी साहब राणा साहब ते जिहड़ा शागिर्द उस्ताद दी कुर्सी ते बह सकदा वे बोलो नहीं ना बह सकदा। जिहड़ा मनीटर हुंदे क्लास दे अंदर उस्ताद दी अदम मौजूदगी अंदर ओ भी उस्ताद दी कुर्सी ते बह सकदा नहीं ना बह सकदा ते जे बह जावे ना ते शागिर्दां दे ऐन उस्ताद जी असीं शिकायत लाने आ कि आओ मनीटर तुहाडे मगरों तुहाडी कुर्सी ते बह गया है वह आंदे इधर आ ना लै तैनू शर्म नहीं हया नहीं मेरी इज्जत नहीं मेरे मकाम मेरी कुर्सी ते मेरी चेयर ते मेरी सीट ते। असियां ने लोगो हुसैन नु मन्नो लेकिन नबी दी कुर्सी ते ना बिठावा अली नु मन्नो लेकिन नबी दी कुर्सी ते ना बिठावा नबी नु मन्नो लेकिन अल्लाह दी कुर्सी ते ना बिठावा हुसैन हुसैन हसन हसन अली अली नबी नबी अल्लाह अल्लाह है रसूलुल्लाह रसूलुल्लाह है और शेरे खुदा मुर्तज़ा है अली दी शुजात अंदर कोई शरीक नहीं है सोने नबी दी खत्मे नबुवत और रिसालत अंदर कोई शरीक नहीं है मेनू काबे दे रब दी कसम मेरे अल्लाह दी तौहीद अंदर भी कोई शरीक नहीं है मेरे अल्लाह दी राणा शाह साहब अल्लाह तुहाडिया मोहब्बत कबूल फरमाए ना शान हुसैन दी माशाल्लाह जिक्र हुसैन जिक्र हुसैन अल्लाह तुहाडा प्यार आणा जी कबूल फरमाए जिक्र हुसैन ते फिर सुन लो मैं कहंदा वा मियां ना चैन देंदे करार देंदे ना हुसैन दा सीना ठार देंदे कारी इस्माइल अतीक साहब अल्लाह जिंदगी दराज फरमाए ओ पढ़ रहे सन ते मुहब्बत नाल ते मैं मगर बैठ होया सा ते मेरा दिल कर दे मैं भी हिस्सा मिला देवा हिस्सा मिला देंदा हाँ साडा कीदा ते ईमाने हुसैन करबल विच पढ़िया कुरान हुसैन करबल विच पढ़िया कुरान कुरान पढ़ो कुरान पढ़ो अल्लाह हुसैन एदा नाम नहीं है कि मैं भी मुहर्रम दे दिनां दे अंदर काले कपड़े पा लवा हुसैन एदा नाम नहीं है कि मैं भी गल दे अंदर इन्हां दिनां दे अंदर काले परने लटका लवा हुसैन एदा नाम नहीं है कि मैं भी नंगे सिर बयान मिंबर ते बह
ਬਹਿ ਕੇ ਸ਼ੁਰੂ ਕਰ ਦੇਵਾਂ। ਓਏ ਕਿਹਨੂੰ ਧੋਖਾ ਦੇਣਾ ਚਾਹੁੰਦੇ ਹੋ? ਓਏ ਕਿਹਦੇ ਨਾਲ ਜਨਾਬ? ਇਹ ਸ਼ਾਨੇ ਹੁਸੈਨ ਬਿਆਨ ਕਰ ਰਿਹਾ, ਰਾਫਜ਼ੀਆ ਤੇ ਜਰਾਸੀਮ ਸਰਾਇਤ ਕਰਦੇ ਜਾ ਰਹੇ ਹਨ ਸਾਡੀਆਂ ਜਮਾਤਾਂ ਦੇ ਅੰਦਰ, ਲੋਕਾਂ ਦੇ ਅੰਦਰ। ਲੇਕਿਨ ਜਬ ਤੱਕ ਕਹਿੰਦੇ ਹਦੀਸ ਦਾ ਬੱਚਾ ਬੱਚਾ ਜ਼ਿੰਦਾ ਹੈ, ਅਸੀਂ ਕੱਟ ਸਕਦੇ ਹਾਂ, ਅਸੀਂ ਮਰ ਸਕਦੇ ਹਾਂ, ਅਸੀਂ ਹੁਸੈਨ ਦੀ ਸ਼ਾਨ ਵੀ ਬਿਆਨ ਕਰਾਂਗੇ, ਲੇਕਿਨ ਅੱਲਾ ਦੀ ਤੌਹੀਦ ਤੇ ਵੀ ਆਂਚ ਨਹੀਂ ਆਣ ਦਿਆਂਗੇ। ਅੱਲਾ ਇੱਥੇ ਮੈਂ ਵੇਖਿਆ ਨਾ ਭਾਈ ਜਾਨ, ਡਰਾਮੇ ਬਾਜ਼ੀਆਂ ਬਹੁਤੀਆਂ ਆ ਗਈਆਂ ਨੇ, ਅਦਾਕਾਰੀਆਂ ਬਹੁਤੀਆਂ ਆ ਗਈਆਂ ਨੇ, ਸ਼ੋਭਦਾ ਬਾਜ਼ੀਆਂ ਬਹੁਤੀਆਂ ਆ ਗਈਆਂ ਨੇ। ਕਿਤੇ ਅਗਲੇ ਦਿਨ ਮੈਂ ਬਿਆਨ ਸੁਣਿਆ ਸਾਂ ਸ਼ੇਖ ਅਬਦੁੱਲਾ ਨਾਸਿਰ ਰਹਿਮਾਨੀ ਹਫਦੁੱਲਾ ਕਰਾਚੀ ਵਾਲੇ, ਉਹ ਫਰਮਾ ਰਹੇ ਸਨ ਐਲੇ ਇਲਮ ਦੀ ਬੇਣੀ ਬਿਆ ਕਰੋ, ਕਿਤੇ ਗੱਡੀਆਂ ਦੀ ਨੁਮਾਇਸ਼ ਹੋ ਰਹੀ ਹੈ, ਕਿਤੇ ਜ਼ੁਲਫਾਂ ਦੇ ਤੇਲ ਲਾ ਕੇ ਚਮਕਾ ਕੇ ਜ਼ੁਲਫਾਂ ਦੀ ਨੁਮਾਇਸ਼ ਹੋ ਰਹੀ ਹੈ, ਅਤੇ ਕਿਤੇ ਮੋਬਾਈਲਾਂ ਦੀ ਨੁਮਾਇਸ਼ ਹੋ ਰਹੀ ਹੈ, ਅਤੇ ਕਿਤੇ ਖਾਣਿਆਂ ਦੀ ਨੁਮਾਇਸ਼ ਹੋ ਰਹੀ ਹੈ, ਨਿਰੀ ਨੁਮਾਇਸ਼ੀ ਨੁਮਾਇਸ਼ਾਂ, ਨਿਰੇ ਫੈਸ਼ਨ ਹੀ ਫੈਸ਼ਨ, ਨਿਰੀ ਡੈਕੋਰੇਸ਼ਨ ਹੀ ਡੈਕੋਰੇਸ਼ਨ, ਨਿਰੀ ਡਰਾਮਾਬਾਜ਼ੀ ਡਰਾਮਾਬਾਜ਼ੀ ਹੈ। ਔਰ ਇਹਨਾਂ ਨੂੰ ਕੀ ਪਤਾ ਮੇਰਾ ਹੁਸੈਨ ਕੌੜੇ, ਹੁਸੈਨ ਕੌੜੇ ਲੋਗੋ। ਜ਼ਿਕਰ ਹੁਸੈਨ ਨੂੰ ਦੁਨੀਆ ਬਿਜ਼ਨਸ ਤੇ ਮਜ਼ਾਕ ਬਣਾਈ ਫਿਰਦੀ ਹੈ ਨਾ। ਜਿਸ ਜ਼ਾਲਮ ਨੇ 30 ਲੱਖ ਰੁਪਇਆ ਮੁਕਿਆ, ਜਿਸ ਜ਼ਾਲਮ ਨੇ 50 ਲੱਖ ਰੁਪਇਆ ਤੈਅ ਕੀਤਾ, ਜਿਸ ਜ਼ਾਲਮ ਨੇ ਕਰੋੜਾਂ ਦੇ ਵਿੱਚ ਅਸ਼ਰਾ ਤੈਅ ਕੀਤਾ, ਓਏ ਉਹਨੇ ਤੇ ਮੇਰੇ ਹੁਸੈਨ ਦਾ ਖੂਨ ਵੇਚੇ, ਉਹ ਤੇ ਖੂਨੇ ਹੁਸੈਨ ਦਾ ਤਾਜਰੇ ਤਜਾਰਤ ਕਰਦਾ ਫਿਰਦਾ ਹੈ। ਆ ਹੁਸੈਨ ਦਾ ਸ਼ਾਨ ਸੁਣ ਨਹੀਂ ਅਲੇ ਹਦੀਸਾਂ ਦੇ ਕਰੀਬ ਆ ਜਾ, ਅਲੇ ਹਦੀਸਾਂ ਦੇ ਨਜ਼ਦੀਕ ਆ ਜਾ, ਅਸੀਂ ਤੈਨੂੰ ਦੱਸਦਿਆਂ ਕਿ ਹੁਸੈਨ ਦਾ ਸ਼ਾਨ ਕੀ ਹੈ। ਤੇ ਮੈਂ ਵੀ ਅਦ ਕਰਾਂਗਾ ਭਾਈਓ, ਇੱਧਰ ਵੇਖੋ ਨਾ, ਮੇਰੇ ਹੁਸੈਨ ਨੇ ਆਪਣਾ ਅਬਾਸ ਜਾਂ ਭਾਈ ਬਾਜ਼ੂ ਕਲਮ ਕਰਾਏ ਹੋਏ ਨੇ, ਤੇ ਵੀਰ ਦੀ ਲਾਸ਼ ਚੁੱਕ ਕੇ ਅੰਜ ਰੱਖੀ ਹੈ, ਆਪਣੇ ਭਤੀਜੇ ਦੀ ਲਾਸ਼ ਚੁੱਕ ਕੇ ਰੱਖੀ ਹੈ, ਆਪਣੇ ਬੇਟੇ ਦੀ ਲਾਸ਼ ਚੁੱਕ ਕੇ ਰੱਖੀ ਹੈ, ਅਲੀ ਅਸਗਰ ਅਲੀ ਅਕਬਰ ਦੀ ਲਾਸ਼ ਚੁੱਕ ਕੇ ਰੱਖੀ ਹੈ, ਕਾਸਿਮ ਦੀ ਲਾਸ਼ ਚੁੱਕ ਕੇ ਰੱਖੀ ਹੈ, ਲਾਸ਼ਾਂ ਚੁੱਕ ਚੁੱਕ ਕੇ, ਲਾਸ਼ਾਂ ਉਠਾ ਉਠਾ ਕੇ, ਬਿਮਾਰ ਨਹੀਂ ਮਰੀਜ਼ ਨਹੀਂ, ਬਿਮਾਰ ਨਹੀਂ, ਪਰੇਸ਼ਾਨ ਨਹੀਂ, ਬਲਕਿ ਮੈਦਾ ਤੇ ਲਾਸ਼ਾਂ ਉਠਾ ਉਠਾ ਕੇ ਮੇਰੇ ਹੁਸੈਨ ਦੇ ਜਿਸਮ ਅੰਦਰ ਵੀ ਜ਼ਖਮ ਆ ਗਏ, 33 ਜ਼ਖਮ ਤੀਰਾਂ ਦੇ, 33 ਜ਼ਖਮ ਤੀਰਾਂ ਦੇ, 39 ਜ਼ਖਮ ਨੇਸਿਆਂ ਦੇ, ਜਿਸਮ ਦਾ ਰੂਆਂ ਰੂਆਂ ਜ਼ਖਮੀ ਹੈ। ਇੰਨਿਆਂ ਪੁੱਤਰਾਂ ਦੀਆਂ ਲਾਸ਼ਾਂ ਚੁੱਕ ਕੇ ਰੱਖੀਆਂ ਨੇ, ਵੀਰਾਂ ਦੀਆਂ ਲਾਸ਼ਾਂ ਚੁੱਕ ਕੇ ਰੱਖੀਆਂ ਨੇ, ਭਾਣਜਿਆਂ ਦੀਆਂ ਲਾਸ਼ਾਂ ਚੁੱਕ ਕੇ ਰੱਖੀਆਂ, ਦੁੱਧ ਪੀਂਦੇ 6 ਮਹੀਨੇ ਦੇ ਪੁੱਤਾਂ ਦੀਆਂ ਲਾਸ਼ਾਂ ਤੇ ਵਿੱਚੋਂ ਕੱਢ ਕੇ ਤੀਰ ਚੁੱਕ ਕੇ ਰੱਖੀਆਂ ਨੇ, ਢੇਰ ਲਾਸ਼ਾਂ ਤੇ ਲਗਾਏ ਨੇ ਦਫਨਾਏ ਜੋੜੇ ਕਹਿਣ ਦਾ, ਔਰ ਖੁਦ ਵੀ ਜ਼ਖਮੀ ਹੈ, ਅੰਗ ਅੰਗ ਮੇਰੇ ਹੁਸੈਨ ਦਾ ਜ਼ਖਮੀ ਹੈ। ਲੇਕਿਨ ਇੱਧਰ ਵੇਖਣਾ, ਮੇਰੇ ਹੁਸੈਨ ਫਰਮਾਉਂਦੇ ਨੇ, ਲੋਗੋ ਮੈਨੂੰ ਨਮਾਜ਼ ਪੜ੍ਹ ਲੈਣ ਦੇ, ਮੈਨੂੰ ਨਮਾਜ਼ ਪੜ੍ਹ ਲੈਣ ਦਿਓ। ਉਹ ਤੂੰ ਜੋ ਸਾਰੇ ਦਿਨ ਧੱਕੇ ਖਾਦੇ ਹੈਣ, ਲੇਕਿਨ ਤੂੰ ਨਮਾਜ਼ ਜ਼ੋਰ ਦੀ ਨਹੀਂ ਪੜ੍ਹੀ, ਤੂੰ ਅਸਰ ਵੀ ਨਹੀਂ ਪੜ੍ਹੀ, ਤੂੰ ਮਗਰਬ ਵੀ ਨਹੀਂ ਪੜ੍ਹਨੇ, ਤੂੰ ਫਜਰ ਵੀ ਨਹੀਂ ਪੜ੍ਹੀ ਹੋਏਗੀ। ਅੱਲਾ ਉਹ ਕਾਦਾ ਸ਼ਾਨੇ ਹੁਸੈਨ ਸਮਝੇ ਜਿਹੜਾ ਬੇਨਮਾਜ਼ੇ, ਤੇਰੀ ਫਜਰ ਬਿਸਤਰ ਤੇ ਲੰਘ ਜਾਂਦੀ ਏ, ਤੇਰੀ ਜ਼ੋਰ ਕੰਮ ਧੰਦੇ ਅੰਦਰ ਲੰਘ ਜਾਂਦੀ ਏ, ਤੇਰੀ ਡੀਗਰ ਚਾਹ ਪੀਣ ਦੇ ਅੰਦਰ ਲੰਘ ਜਾਂਦੀ ਹੈ, ਤੇਰੀ ਸ਼ਾਮ ਟੀਵੀ ਤੇ ਡਿਸ਼ ਦੇ ਸਾਹਮਣੇ ਤੇ ਕੇਬਲ ਤੇ ਬੈਠੇ ਲੰਘ ਜਾਂਦੀ ਹੈ, ਤੇਰੀ ਇਸ਼ਾ ਦੋਸਤਾਂ ਦੇ ਅੰਦਰ ਸੈਰ ਕਰਦਿਆਂ ਤੇ ਘੁੰਮਦਿਆਂ ਲੰਘ ਜਾਂਦੀ ਹੈ, ਤੇ ਮੇਰਾ ਹੁਸੈਨ ਲਾਸ਼ਾਂ ਚੁੱਕ ਚੁੱਕ ਕੇ ਜ਼ਖਮ ਅੰਦਰ ਚੂਰੇ, ਲੇਕਿਨ ਨਮਾਜ਼ ਨਹੀਂ ਮੇਰੇ ਹੁਸੈਨ ਛੱਡ ਰਹੇ। ਨਮਾਜ਼ ਦੀ ਬਣ ਜਾਓ ਸ਼ਾਨੇ ਹੁਸੈਨ ਸਮਝਣਾ ਚਾਹੁੰਦੇ ਹੋ? ਔਰ ਮੇਰੇ ਹੁਸੈਨ ਨੇ ਜਿਹੜੇ ਵੇਲੇ ਜਾਣ ਲੱਗੇ ਨੇ ਨਾ ਆਪਣੇ ਘਰ ਵਾਲਿਆਂ ਨੂੰ, ਕਿਹੜੀ ਵਸੀਅਤ ਕੀਤੀ ਹੈ? ਫਰਮਾਇਆ, ਜ਼ੈਨਬ ਜੀ ਮੇਰੇ ਵੀਰ ਹੁਸੈਨ, ਸ਼ਰਬਾਨੋ ਜੀ ਮੇਰੇ ਸਿਰ ਦੇ ਤਾਜਾ। ਅੱਲਾ ਸਕੀਨਾ ਬਿੰਤੇ ਹੁਸੈਨ ਕਰੇ ਪਾਈਆਂ, ਮੁਸਤੂਰਾਤ ਲਾਗੇ ਆਈਆਂ, ਬੀਬੀਆਂ ਨੇੜੇ ਆਈਆਂ, ਖਨਵਾਦੇ ਰਸੂਲ ਦੀਆਂ ਬੀਬੀਆਂ ਕਰੇ ਪਾਈਆਂ ਨੇ। ਮੇਰੇ ਹੁਸੈਨ ਫਰਮਾਉਂਦੇ ਨੇ, ਹੁਣ ਮੈਂ ਤੁਹਾਡਾ ਆਖਰੀ ਸਾਰਾ ਸੰਤ, ਮੈਂ ਵੀ ਟੁਰ ਚੱਲਿਆ ਜੇ, ਲੇਕਿਨ ਮੇਰੀ ਗੱਲ ਯਾਦ ਰੱਖ ਜ਼ੈਨਬ, ਸਬਰ ਕਰਨਾ ਵੇ, ਮੈਂ ਸ਼ਹੀਦ ਹੋ ਜਾਵਾਂ, ਸ਼ਰਬਾਨੋ ਬਵੇਲਾ ਨਹੀਂ ਕਰਨਾ, ਸਕੀਨਾ ਬੇਸਬਰੀ ਨਹੀਂ ਕਰਨੀ ਆ। ਮਤਾ ਤੁਹਾਡੀ ਆਵਾਜ਼, ਓਏ ਇੱਥੇ ਤਿਆਰੋ, ਮੇਕਅਪ ਕਰ ਕਰਕੇ ਸਾਡੀਆਂ ਮਾਵਾਂ ਪੈਣਾ,
दुपट्टे कलंदर सट सट के और सीने नंगे कर करके ते पैरों नंगे ते कुट पिट कर करके ते ऊंची आवाज नाल वैण ते माता ते मजलसा मैनू माफ कर देना। ए तालीमे हुसैन नहीं है, ए शाने हुसैन नहीं है, ए गैर मारमा दिंदर मखलूत निजाम ते जलूस ते प्रोग्राम ए शाने हुसैन नहीं है, ए दरसगाए हुसैन नहीं है, ए जिक्रे हुसैन नहीं है, कोई होर ही तमाशा लगता कहना। मेरे हुसैन फरमाते ने ज़ैनब सबर करने क्यों, फरमाया तेरी आवाज ऊंची अगर होई कोई जालिम न कवे जड़ी बोल रही है हुसैन दी भेण बोलदी पई। कोई बंदा मेरी भेण दी आवाज दा सुन, शारबादो तू ऊंची आवाज नहीं कढ़नी सबर करने, कोई बंदा ए ना कवे कि हुसैन दी बीबी दी आवाज आ रही है, हुसैन दी वाइफ दी आवाज आ रही है। ना ना बेटा सकीदा, बाबे दी जुदाई तेरे कोलो बर्दाश्त नहीं होनी, तू मेरा सीना सौन वास्ते लभेंगे, तू बाबे दे प्यार लभेंगे, लेकिन सबर करना है, सबर करना है। लोगो पैगामे करबला है, शाने हुसैन ते पैगामे हुसैन है, के पर्दा कीता जाए बेनत मावां ते बेटियां ते धियां नू पर्दा कराओ तालीमे हुसैन। कुरान पढ़ो तालीमे हुसैन। इधर वेदे प्यो मेरे आले पासे, हाजी साहब इधर बैठे ने, तेराना साहब इधर बैठे ने, पूरी दुनिया तू अज सुन रहे हो कि अज दसवीं दे दिन जनाबे हुसैन शहीद होए ने, ते नमाज सजदे दी हालत दे अंदर ते नमाज केड़ी सी, ए तुसी बोल के दसो केड़ी नमाज सी, सारे नहीं बोले केड़ी नमाज सी भाई जान, फजर दी, फजर दी, मगरब दी, इशा दी, जोर दी, हाँ अल्लाह जिंदगी दराज फरमाया है, हैदर वंड पाके जाएगा, तेरा टाइम नहीं मैं जाया करने वास्ते आया, ना इन्ना सफर करके मैं आया हाँ दे वास्ते भाई जान कि तेनू खुश करके ते वाह वाह ते बल्ले बल्ले, ना ना ओए ना फजर दी नमाज है, ना जोर दी नमाज है, ना मगरिब दी नमाज है, ना इशा दी नमाज है, मैं नहीं आंदा दुनिया दी पई है हुसैन असर दी नमाज अंदर शहीद होया, हुण आप ही फैसला कर ले जे दे अकीदे ते जमात अंदर असर दी अजानी कोई नहीं है, जे दे अकीदे ते इबादत गाह अंदर असर दी अजानी कोई नहीं है, मैं किवें मन्ना कि मिशने हुसैन है, साडियां मसना अंदर असर दी अजाना गूंजदियां खैण, हुणे मैं असर दी नमाज पढ़ाईए ते जमात कराईए क्यों, मेरा हुसैन असर पढ़न वाला, असी असर भी पढ़न वाले, असर दियां वांगा भी पढ़न वाले, असी हुसैन ते मन्नण वाले आ। जिंदाबाद जिक्र जिक्र हुसैन किनों कहा जाता है, अल्लाह राणा साहब दे प्यार नु कबूल फरमाए, अहले बैत दा प्यार है जिहड़ी हदीस पढ़न लगा, इधर मेरे अल भाई जान मुस्तरक मुस्तदरक हाकिम है, हदीस नंबर 4712 में मेरे नबी ने फरमाया, तौहीद वाला होए तहज्जुद गुजार होए इराम पाया होए बैतुल्लाह हरम दे विच खड़ा होए ते हजरे अस्वद दे लागे खड़ा होए ते सजदे दे विच मर जावे, लेकिन ओदे दिल दे अंदर जागना तो जो करना मैं जा रहा, ओदे दिल दे अंदर मैं फिर कहां अकीदे तौहीद वाला होवे तहज्जुद गुजार होवे हरम दे विच खड़ा होवे इराम पाया होवे हजरे अस्वद दे लागे खड़ा होवे ते मुंह रोज़ा होवे ते सजदे दे विच मर जावे, लेकिन ओदे दिल दे अंदर अगर सर्रा बराबर भी बस मौजूद है, मेरे नबी ने फरमाया जन्नत नहीं जा सकता, जन्नत नहीं जा सकता। अहले बैत दा प्यार भी साडे फकीरां कोलो सुन लेना, अल्लाह कुरान हुसैन वाला साडे कोल है, नमाज हुसैन वाली साडे कोल है, और अकीदा हुसैन वाला साडे कोल है, अल्लाह सुन ले मुहब्बत दे प्यार दी गल, ताई ते मैं करना चाहना मेरे भाईओ सुन ले आखरी आखरी गल्लां, अल्लाह असी सलामे अकीदत पेश करदे आं जनाब हुसैन और मौलाना दी गल मैं पूरी करदे आं, ताई ते असी कहंदे होने आं लोगो जिथे हुसैन लेटे ने सुते ने शहादाए करबो बला, अल्लाह उन्हां दियां सारियां कबरां दे उते करोड़ां रहमतां दी बरखा नादिल फरमावे।
अल्लाह सर किते ने धड़ किते हैं बड़ा जुलम हुए इनकार नहीं है लेकिन भाई जान तू सबक लेना हुसैन कट गए पर नमाज नहीं छड़ी कुरान नहीं छड़िया बीबियां सबर ते पर्दा नहीं छड़िया सानू दरसगाह किड़ा मिलता है करबला दे विच इधर सुन लो ना डिठा वखरा नमा डिठा वखरा रवाज ना रोजा ना नमाज डिठा वखरा रवाज ना रोजा ना नमाज आखे जाने आली आखे जाने आली डिठा वखरा रवाज ना रोजा ना नमाज आखे जाने आली पीवे भंग दे प्याले हया लागे ना प्यावे आखे जाने आली आखे जाने आली डिठा वखरा रवाज ना रोजा ना नमाज आखे जाने आली करे जेड़ी कुत्ती आई करे जेड़ी भी बुराई मथे हैदर दे लाई आखे जाने आली आखे जाने आली ना ना मेरा अली कौन है फरमाया अमीर अल मोमिनीना व इमाम अल मुत्तकीना और मेरा अली ते मुत्तकीन दा इमाम है बोलो मुशरकां ते फासकां ते फाजरां दा अहले बैत दा तल्लक हो सकदा नहीं हो सकदा नमाजी बन जाओ कुरान वाले बन जाओ जिथे ओ लेटे ने सहाबा लेटे ने अहले बैत लेटे ने लोना कदूसियां दियां कब्रां ते करोड़ां सा रहमतां ते साडे वालो अल्लाह सलाम पहुंचा दे बिना किदा सलाम है जिदा नमाज असर पढ़िए तुण शाम जिंदर पढ़ोगे ना ते की आंदे ओ अस्सलाम उची को यार सुभान अल्लाह एक बार दो में हाथ खड़े करके कहो प्यार नाल सुभान अल्लाह की आंदे हो नमाज दे अंदर अस्सलामु अलैका अय्युहन्नबियो व रहमतुल्लाहि व बरकातुहु आगे अस्सलामु अलैना अस्सलामु अलैना अस्सलामु अलैना व अला इबादिल्लाह 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 सालेही जन्नत दे वारिसानो मेरा सलाम होवे अच्छा 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 थोड़े बोले हो मैं तुहानू भी शामिल कर लेंदा वा फिर तुसी बोलना मेरे नाल तकरीर मुक गई है मैं सफर करने के जाने आखरी में शेर पढ़ा शान हुसैन ते तुहानू भी शामिल करदा ताकि सारे वालों हो जाए ना जन्नत दे वारिसानो साडा सलाम होवे जन्नत दे वारिसानो साडा सलाम होवे जन्नत दे मालिकानो साडा सलाम होवे जन्नत दे वारिसानो गल सुनन भाईए होइयां ने जेड़ियां वी करबल दी रेत ते इधर वेख पाऊ ओ बुजुर्ग जवान इधर वेख होइयां वी जेड़ियां ने करबल दी रेत ते होइयां ने जेड़ियां वी करबल दी रेत ते तिलावतानो साडा सलाम होवे जन्नता दे मालिकानो जन्नता दे बिस्मिल्लाह जन्नता जन्नता दे वारिसानो साडा सलाम होवे भुलिया नहीं जिनानों
अज भी सजदा हुसैन वाला अज जिन्हानो सजदा हो मेरी तकरीर का खुलासा भुलियानी अज जिन्हानो सजदा हुसैन वाला ओना नमाजियानो साडा सलाम होवे नमाजियानो साडा सलाम होवे। अगली गल माशाल्लाह मेरी जिद जान ने नारा लाए तिना दे नारे दा मैं जवाब देना चाहना दसिया जिना ने सानो जहरा दे घर दा रुतबा दसिया जिना ने सानो अल्लाह जाने कौन समझे कौन ना समझे हैदर हो का ऐलान करके हक दा जा रहा है दसिया है सा जिना ने सानो दसिया जिना ने सानो जहरा दे घर दा रुतबा दसिया है जिना ने सानो जहरा दे घर दा रुतबा ओना साहबियानो साडा सलाम गोवे वाखिर दावाना अलहम्दुलिल्लाह।